ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਟੀਵੀ ਪ੍ਰਾਈਮ ਏਸ਼ੀਆ ਤੇ ਮੈਂ ਹਾਂ ਤੁਹਾਡਾ ਆਪਣਾ ਜਤਿੰਦਰ ਪੰਨੂ ਕਿਉਂਕਿ ਚੋਣਾਂ ਆ ਗਈਆਂ ਨੇ ਚੋਣਾਂ ਵਿਧਾਨ ਸਭਾ ਦੀਆਂ ਹੋਣ ਜਾਂ ਲੋਕ ਸਭਾ ਦੀਆਂ ਇਹੋ ਜੇ ਮੌਕਿਆਂ ਦੇ ਉੱਤੇ ਮੈਂ ਕਈ ਵਾਰ ਕੋਸ਼ਿਸ਼ ਕਰਦਾ ਹਾਂ ਕਿ ਤੁਹਾਡੇ ਨਾਲ ਕੁਝ ਸਿੱਧੀਆਂ ਗੱਲਾਂ ਕਰਾਂ ਤੇ ਉਹੀ ਕੋਸ਼ਿਸ਼ ਅੱਜ ਇੱਕ ਵਾਰੀ ਮੈਂ ਫਿਰ ਕਰਨ ਲੱਗਾ ਅਸੀਂ ਲੋਕ ਹਰ ਕਿਸੇ ਦੇ ਨੁਕਸ ਕੱਢਦੇ ਆਂ ਪਰ ਕਦੇ ਅਸੀਂ ਇਹ ਨਹੀਂ ਦੇਖਦੇ ਕਿ ਸਾਡੇ ਆਪਣੇ ਵਿੱਚ ਵੀ ਕੋਈ ਨੁਕਸ ਹੈ ਸਿਆਣੇ ਕਹਿੰਦੇ ਜਦੋਂ ਅਸੀਂ ਕਿਸੇ ਦੂਸਰੇ ਵੱਲ ਉਂਗਲ ਚੁੱਕਦੇ ਆਂ ਇੱਕ ਉਂਗਲ ਉਧਰ ਹੁੰਦੀ ਤਿੰਨ ਸਾਡੇ ਆਪਣੇ ਵੱਲ ਹੁੰਦੀਆਂ ਨੇ ਅਸੀਂ ਕਦੇ ਇਹ ਨਹੀਂ ਸੋਚਦੇ ਕਿ ਦੂਸਰਿਆਂ ਵੱਲ ਉਂਗਲ ਚੁੱਕਦੇ ਆਂ ਚੁੱਕਦੇ ਆਂ ਜਿਹੜੀਆਂ ਬਾਕੀ ਤਿੰਨ ਉਂਗਲਾਂ ਸਾਡੇ ਵੱਲ ਹੋਈਆਂ ਉਹ ਉਂਗਲਾਂ ਤਿੰਨੇ ਹਕੀਕਤਾਂ ਦੀਆਂ ਨੇ ਤੇ ਉਹਨਾਂ ਦੇ ਪਿੱਛੇ ਕੀ ਕੀ ਸੰਦੇਸ਼ ਸੰਕੇਤ ਨੇ ਉਹਨਾਂ ਸੰਕੇਤਾਂ ਨੂੰ ਸਮਝਣਾ ਚਾਹੀਦਾ ਅਸੀਂ ਇਹ ਸੁਣਿਆ ਜਿਹੋ ਜਿਹੇ ਕੋਕੋ ਹੋ ਜੇ ਬੱਚੇ ਪਰ ਕਦੇ ਕਦੇ ਇਹ ਮੁਹਾਵਰਾ ਚੱਲਣਾ ਪੈਂਦਾ ਕਿ ਜੇ ਬੱਚੇ ਥੋੜੇ ਜਿਹਾ ਤੇਜ਼ ਹੋਣ ਤੇ ਫਿਰ ਕੋਕੋ ਨੂੰ ਵੀ ਆਪਣੀ ਚਾਰਟ ਤੇ ਲਾ ਦਿੰਦੇ ਆ ਕਦੇ ਕੋਕੋ ਤੇਜ਼ ਹੋਵੇ ਤੇ ਬੱਚਿਆਂ ਨੂੰ ਆਪਣੇ ਵਰਗੇ ਬੜਾ ਲੰਦੀ ਆ ਤੇ ਕਦੇ ਬੱਚੇ ਤੇਜ਼ ਹੋਣ ਤੇ ਕੋਕੋ ਨੂੰ ਆਪਣੇ ਲੋੜ ਮੁਤਾਬਕ ਢਾਲ ਲੈਂਦੇ ਆ ਸਾਡੇ ਭਾਰਤ ਦੀ ਰਾਜਨੀਤੀ ਦੀ ਗੱਲ ਅੱਜ ਮੈਂ ਨਹੀਂ ਕਰਨੀ ਮੈਂ ਪੰਜਾਬ ਦੀ ਰਾਜਨੀਤੀ ਦੀ ਗੱਲ ਕਰਨ ਲੱਗਾ ਇੱਥੇ ਜਿੰਨੀਆਂ ਕਿ ਸਿਆਸੀ ਕੋਕੋ ਆਈਆਂ ਨੇ ਉਹਨਾਂ ਨੇ ਕਿਹੜੇ-ਕਿਹੜੇ ਹਾਲਾਤ ਵਿੱਚ ਕੀ ਕੁਛ ਕੀਤਾ ਉਹਨਾਂ ਨੇ ਪਾਰਟੀਆਂ ਨੇ ਤੁਹਾਡੇ ਕੋਲ ਆਉਣਾ ਆਪੋ ਆਪਣੇ ਉਹ ਪ੍ਰੋਗਰਾਮ ਪੇਸ਼ ਕਰਨਗੇ ਜਿਹੜੇ ਪ੍ਰੋਗਰਾਮ ਲਿਖਣ ਲੱਗਿਆਂ ਹੀ ਉਹਨਾਂ ਨੂੰ ਪਤਾ ਕਿ ਸਿਰਫ ਲਿਖਣੇ ਆਪਾਂ ਕੋਈ ਇਹਨਾਂ ਤੇ ਅਮਲ ਥੋੜਾ ਕਰਨਾ ਇੱਥੇ ਇਮਾਨਦਰੀ ਦੀਆਂ ਗੱਲਾਂ ਵੀ ਹੋਣਗੀਆਂ ਭਾਰਤ ਤੇ ਪੰਜਾਬ ਦੇ ਤੇ ਸਾਡੀ ਪੰਜਾਬ ਦੀ ਅਗਲੀ ਪੀੜੀ ਦੇ ਪੁੱਖ ਦੀਆਂ ਗੱਲਾਂ ਵੀ ਹੋਣਗੀਆਂ ਕਿ ਕਿ ਖਤਰੇ ਵਿੱਚ ਹੈ ਪਰ ਖਤਰੇ ਚ ਪਾਇਆ ਕਿੰਨੇ ਇਹਨਾਂ ਹੀ ਲੀਡਰਾਂ ਦਾ ਕਰਕੇ ਪਿਆ ਜਿਹੜੇ ਲੀਡਰ ਅੱਜ ਅਗਲੀ ਪੀੜ੍ਹੀ ਨੂੰ ਉਹਨਾਂ ਖਤਰਿਆਂ ਤੋਂ ਨਜਾਦ ਬੋਣ ਦੀਆਂ ਗੱਲਾਂ ਕਰਦੇ ਪੈਣੇ ਇਹਨਾਂ ਦੇ 100 ਐਬ ਹੋਣਗੇ ਪਰ ਇੱਕ ਐਬ ਸਾਡੇ ਵਿੱਚ ਵੀ ਹੈ ਕਿ ਅਸੀਂ ਜਦੋਂ ਜਾ ਕੇ ਸਾਡੇ ਕੋਲ ਪੇਸ਼ ਹੁੰਦੇ ਆ ਇਹਨਾਂ ਦੇ ਐਬਾਂ ਨੂੰ ਭੁੱਲ ਜਾਂਦੇ ਆ ਕਿਸੇ ਨਾ ਕਿਸੇ ਗੱਲ ਨੂੰ ਵੇਖ ਕੇ ਇਹਨਾਂ ਦੇ ਪਿੱਛੇ ਵੋਟਾਂ ਪਾਉਣ ਤੁਰ ਪੈਣੇ ਕੋਈ ਧਰਮ ਦੇ ਨਾਂ ਤੇ ਵੋਟਾਂ ਪਾਉਂਦਾ ਕੋਈ ਕਹਿੰਦਾ ਜੀ ਇਸ ਪਾਰਟੀ ਨਾਲੇ ਮੇਰੇ ਪਿਓ ਦਾਦੇ ਦੀ ਸਾਂਝ ਸੀ ਹੁਣ ਮੈਂ ਇਸumbre ਆ ਕੇ ਸਾਂਝ ਕਦਾਂ ਛੱਡ ਦਿਆਂ ਪਰ ਅਸੀਂ ਕਦੇ ਇਹ ਨਹੀਂ ਵੇਖਦੇ ਕਿ ਉਸ ਪਾਰਟੀ ਨੇ ਇੰਨੇ ਸਮੇਂ ਚ ਕੀ ਕੀਤਾ ਔਰ ਵੱਡੀ ਗੱਲ ਇਹ ਕਿ ਅਸੀਂ ਇਹ ਵੀ ਨਹੀਂ ਵੇਖਦੇ ਕਿ ਉਸ ਪਾਰਟੀ ਨੇ ਜਿਹੜਾ ਉਮੀਦਵਾਰ ਪੇਸ਼ ਕੀਤਾ ਉਹ ਕਿੰਨਾ ਕੁ ਭਰੋਸੇ ਦੇ ਕਾਬਿਲ ਹੈ ਪਾਰਟੀ ਦਾ ਭਰੋਸੇ ਦੇ ਕਾਬਿਲ ਹੋਣਾ ਤੇ ਉਮੀਦਵਾਰ ਦਾ ਭਰੋਸੇ ਦੇ ਕਾਬਿਲ ਹੋਣਾ ਇਹ ਸਾਡੇ ਲੋਕਾਂ ਨੂੰ ਵੇਖਣਾ ਚਾਹੀਦਾ ਐਸ ਮੌਕੇ ਤੇ ਮੈਂ ਗੱਲ ਕਰਨੀ ਆ ਉਹਨਾਂ ਦੀ ਜਿਹੜੇ ਦਲ ਬਦਲੀਆਂ ਕਰਦੇ ਪਏ ਨੇ ਦਲ ਬਦਲੀਆਂ ਦਾ ਰਵਾਜ ਕੋਈ ਅੱਜ ਤਾਜ਼ਾ ਨਹੀਂ ਚੱਲਿਆ ਆਜ਼ਾਦੀ ਲਹਿਰ ਤੇ ਦਿਨਾਂ ਤੋਂ ਹੀ ਚੱਲ ਪਿਆ ਸੀ ਕਈਆਂ ਲੋਕਾਂ ਨੇ ਇਧਰੋਂ ਉਧਰ ਤੇ ਉਧਰੋਂ ਉਧਰ ਬੜੇ ਛੜੱਪੇ ਮਾਰੇ ਸਨ ਐਨ ਆਜ਼ਾਦੀ ਮਿਲਣ ਦੀ ਘੜੀ ਪਾਕਿਸਤਾਨ ਵਾਲੇ ਪੰਜਾਬ ਦਾ ਹਿੱਸਾ ਜਿਹੜਾ ਸੀ ਜਿਹੜਾ ਉਧਰ ਚੱਲ ਗਿਆ ਉਹਦੇ ਵਿੱਚ ਖਿਜਰ ਹਯਾਤਖਾਨ ਦੇ ਖਿਲਾਫ ਮੁਸਲਮ ਭਾਈਚਾਰੇ ਨੇ ਇੱਕ ਜਲੂਸ ਕੱਢਿਆ ਸੀ ਉਹ ਕਿਉਂਕਿ ਉਸ ਵਕਤ ਉਹ ਉਹਨਾਂ ਦੇ ਨਾਲ ਨਹੀਂ ਸੀ ਤੁਰਦਾ ਉਹਦੇ ਖਿਲਾਫ ਨਾਰੇ ਲੱਗਦੇ ਜਾਂਦੇ ਸਨ ਖੋਟਾ ਸਿੱਕਾ ਚਾਂਦੀ ਦਾ ਖਿਜਰ ਪੁੱਤਰ ਗਾਂਧੀ ਦਾ ਫਿਰ ਹੋਇਆ ਇੱਕ ਅਚਾਨਕ ਖਬਰ ਆ ਗਈ ਕਿ ਖਿਜਰ ਹਯਾਤਖਾਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਉਹਨੇ ਆਖਿਆ ਮੈਂ ਆਪਣੇ ਦੀਨੀ ਭਾਈਆਂ ਦੇ ਨਾਲ ਖਲੋਵਾਂਗਾ ਮੈਂ ਉਹਨਾਂ ਦਾ ਸਾਥ ਦੇਵਾਂਗਾ ਜਰੂਸ ਦੇ ਅੱਗੇ ਜਾਂਦੇ ਲੀਡਰਾਂ ਨੇ ਫਟਾਫਟ ਨਾਰਾ ਬਦਲ ਦਿੱਤਾ ਕਹਿੰਦੇ ਤਾਜ਼ਾ ਖਬਰ ਆਈ ਹੈ ਖਿਜਰ ਹਮਾਰਾ ਭਾਈ ਹੈ ਪਰ ਉਹ ਨਾਰਾ ਇਹਨਾਂ ਤਾਂ ਬਦਲ ਦਿੱਤਾ ਖਬਰ ਇਹਨਾਂ ਤੱਕ ਤੇ ਆਈ ਸੀ ਪਿੱਛੇ ਜਨਤਾ ਤੱਕ ਤੱਕ ਨਹੀਂ ਸੀ ਪਹੁੰਚੀ ਇੱਕੋ ਜਰੂਸ ਉਹਦੇ ਅਗਲੇ ਪਾਸੇ ਲੀਡਰਸ਼ਿਪ ਨਾਰਾ ਲਾਉਂਦੀ ਸੀ ਖਿਜਰ ਹਮਾਰਾ ਭਾਈ ਹੈ ਤਾਜ਼ਾ ਖਬਰ ਆਈ ਹੈ ਤੇ ਪਿੱਛੇ ਪਬਲਿਕ ਨਾਰਾ ਲਾਉਂਦੀ ਜਾਂਦੀ ਸੀ ਖੋਟਾ ਸਿੱਕਾ ਚਾਂਦੀ ਦਾ ਖਿਜਰ ਪੁੱਤਰ ਗਾਂਦੀ ਦਾ ਇਹ ਪਬਲਿਕ ਕੁਝ ਹੋਰ ਸੋਚਦੀ ਹੌਲੀ ਹੌਲੀ ਲੀਡਰਸ਼ਿਪ ਦੇ ਮਗਰ ਸੋਚਣਾ ਸ਼ੁਰੂ ਕਰ ਦਿੰਦੀ ਹੈ ਅਸੀਂ ਇਹੋ ਜਿਹੇ ਕਟਨਾਵਾਂ ਤੋਂ ਬਚੀਏ ਕੌਣ ਨਹੀਂ ਜਾਣਦਾ ਕਿ ਪ੍ਰਤਾਪ ਸਿੰਘ ਕੈਰੋਂ ਬਾਅਦ ਵਿੱਚ ਮੁੱਖ ਮੰਤਰੀ ਬਣ ਗਿਆ ਕਾਂਗਰਸ ਵੱਲੋਂ ਬਣ ਗਿਆ ਢੱਲੇਦਾਰ ਕਾਂਗਰਸੀ ਮੁੱਖ ਮੰਤਰੀ ਰਿਹਾ ਕਈ ਲੋਕ ਕਹਿੰਦੇ ਬੜਾ ਵੱਡਾ ਪ੍ਰਸ਼ਾਸਕ ਸੀ ਕਈ ਬਹੁਤ ਲੋਕ ਕਹਿੰਦੇ ਬੜਾ ਜ਼ਾਲਮ ਸ਼ਾਸਕ ਸੀ ਉਹਨੇ ਬਹੁਤ ਸਾਰੇ ਪੁੱਠੇ ਕੰਮ ਵੀ ਕੀਤੇ ਇਹ ਵੀ ਦੋਸ਼ ਲੱਗਦੇ ਕਿ ਕੋਨੇ ਬੰਦੇ ਮਰਵਾਏ ਪਤਾ ਨਹੀਂ ਮਰਵਾਏ ਕੰਨੀ ਪਨਵਾਏ ਪਰ ਆਪਣਾ ਹਸ਼ਰ ਵੀ ਮਾੜਾ ਹੋਇਆ ਉਹਦੇ ਵਕਤ ਤੋਂ ਲੈ ਕੇ ਬਾਅਦ ਵਿੱਚ ਕਿੰਨੇ ਬੰਦਿਆਂ ਨੇ ਪਾਰਟੀਆਂ ਬਦਲੀਆਂ ਤੇ ਇਸ ਵੇਲੇ ਜਦੋਂ ਅਸੀਂ ਚੋਣਾਂ ਦੇ ਦਰਵਾਜ਼ੇ ਤੇ ਖੜੇ ਹਾਂ ਇਹ ਪਾਰਟੀਆਂ ਬਦਲਣ ਦਾ ਕੰਮ ਫੇਰ ਚੱਲ ਰਿਹਾ ਮੈਂ ਤੇ ਇੱਕ ਬੇਨਤੀ ਕਰਾਂ ਕਈ ਵਾਰੀ ਬੰਦਾ ਕਿਸੇ ਪਾਰਟੀ ਚ ਆ ਜਾਂਦਾ ਹਾਲਾਤ ਇਦਾਂ ਦੇ ਆ ਕਿਉਣ ਤੋਂ ਬਾਅਦ ਉਹਨੂੰ ਪਛਤਾਵਾ ਹੁੰਦਾ ਕਿਸ ਪਾਰਟੀ ਵਿੱਚ ਠੀਕ ਵਿਹਾਰ ਨਹੀਂ ਹੋ ਰਿਹਾ ਉਹਨੂੰ ਪਛਤਾਵਾ ਹੁੰਦਾ ਕਿ ਜਿਹੜੀ ਸੋਚ ਮੈਂ ਲੈ ਕੇ ਆਇਆ ਸਾਂ ਉਹ ਸੋਚ ਇਸ ਪਾਰਟੀ ਵਿੱਚ ਪ੍ਰਵਾਨ ਨਹੀਂ ਉਹ ਛੱਡ ਜਾਂਦਾ ਜਿਉ ਪਾਰਟੀ ਨੂੰ ਪਹਿਲੀ ਵਾਰ ਛੱਡੇ ਔਰ ਸਾਰਿਆਂ ਨੂੰ ਪਤਾ ਹੋਵੇ ਕਿ ਬੰਦਾ ਗਲਤ ਥਾਂ ਤੇ ਆ ਗਿਆ ਸੀ ਫਿਰ ਉਹਦੇ ਬਾਰੇ ਇਹ ਸੋਚਿਆ ਜਾ ਸਕਦਾ ਕਿ ਚਲੋ ਗਲਤੀ ਸੁਧਾਰਨ ਵਾਸਤੇ ਆ ਗਏ ਔਰ ਇਦਾਂ ਦੀਆਂ ਗਲਤੀਆਂ ਇੱਕ ਦੋ ਬੰਦਿਆਂ ਦੇ ਨਹੀਂ ਅਟਲ ਬਿਹਾਰੀ ਵਾਜਪਾਈ ਬਾਰੇ ਬਹੁਤ ਸਾਰੇ ਲੀਡਰ ਕਹਿੰਦੇ ਹੁੰਦੇ ਸਨ ਕਿ ਹੀ ਇਜ਼ ਰਾਈਟ ਮੈਨ ਇਨ ਦਾ ਰੋਂਗ ਪਾਰਟੀ ਉਹ ਗਲਤ ਪਾਰਟੀ ਵਿੱਚ ਠੀਕ ਬੰਦਾ ਤੇ ਜਦੋਂ ਪਹਿਲਾ ਇੱਕ ਸਾਲ ਲੰਘਾਉਣ ਤੋਂ ਬਾਅਦ ਉਹਦੇ ਖਿਲਾਫ ਵੋਟਾਂ ਪੈਣ ਲੱਗੀਆਂ ਤੇ ਉਹਨੇ ਤਕਰੀਰ ਕਰਦੇ ਆਖਿਆ ਸੀ ਤੁਸੀਂ ਸਾਰੇ ਕਹਿੰਨੇ ਹੋ ਬੰਦਾ ਠੀਕ ਹੈ ਪਰ ਗਲਤ ਪਾਰਟੀ 'ਚ ਮੈਂ ਪੁੱਛਣਾ ਚਾਹੁੰਦਾ ਕਿ ਪਾਰਟੀ ਨੂੰ ਵੇਖਣਾ ਤੁਸੀਂ ਕਿ ਬੰਦੇ ਨੂੰ ਜੇ ਬੰਦਾ ਠੀਕ ਹੈ ਤੇ ਤੁਸੀਂ ਉਹਦਾ ਇਹ ਅਸ਼ਰ ਕਰਨਾ ਚਾਹੁੰਦੇ ਹੋ ਉਹਨੇ ਹਾਸੇ 'ਚ ਇਹ ਗੱਲ ਆਖੀ ਸੀ ਤੇ ਹਾਸੇ 'ਚ ਚਲੀ ਗਈ ਅੱਜ ਵੀ ਮੈਂ ਆਖੂਗਾ ਕਿ ਜੇ ਬੰਦਾ ਇੱਕ ਵਾਰੀ ਗਲਤੀ ਕਰਦਾ ਨਾ ਉਸ ਗਲਤੀ ਨੂੰ ਤੇ ਮਾਫ਼ ਕੀਤਾ ਜਾ ਸਕਦਾ ਪਰ ਜਿਹੜੇ ਬਾਰ-ਬਾਰ ਗਲਤੀ ਉਹ ਦਰਉਣ ਵਾਲੇ ਹੋਣ ਕਰਨ ਵਾਲੇ ਹੋਣ ਮੋੜ-ਮੋੜ ਕੇ ਇੱਕੋ ਗਲਤੀ ਕਰਦੇ ਹੋ ਉਹਨਾਂ ਦਾ ਤੁਸੀਂ ਕੀ ਕਰੋਗੇ ਇੱਕ ਬੰਦਾ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਲੀਡਰ ਬਣੇ ਪੰਜਾ ਸੱਤਾ 10 ਸਾਲਾਂ ਬਾਅਦ ਕਾਂਗਰਸ ਪਾਰਟੀ ਛੱਡ ਕੇ ਕਾਲੀਆਂ ਵੱਲ ਚੱਲ ਜਾਵੇ ਕਾਂਗਰਸ ਵਾਲੋ ਭਾਵੇਂ ਐਮ ਐਲ ਏ ਰਿਹਾ ਹੋਵੇ ਭਾਵੇਂ ਐਮ ਪੀ ਰਿਹਾ ਹੋਵੇ ਅਕਾਲੀਆਂ ਜਾ ਕੇ ਭਾਵੇਂ ਐਮ ਐਲ ਏ ਬਣਿਆ ਹੋਵੇ ਭਾਵੇਂ ਐਮ ਪੀ ਬਣ ਜਾਵੇ ਦਸਾਂ ਸਾਲਾਂ ਬਾਅਦ ਪੁੱਟ ਕੇ ਫਿਰ ਕਾਂਗਰਸ ਵਿੱਚ ਆ ਜਾਵੇ ਆਖੇ ਮੇਰੀ ਘਰ ਵਾਪਸੀ ਏ ਕਾਦੀ ਘਰ ਵਾਪਸੀ ਜੇ ਇਹੋ ਕੁਝ ਕਰਨਾ ਸੀ ਤੇ ਪਹਿਲਾਂ ਤੂੰ ਛੱਡ ਕੇ ਕਿਉਂ ਗਿਆ ਸੀ ਜੇ ਛੱਡ ਕੇ ਗਿਆ ਸੀ ਜਿਹੜੇ ਮੁੱਦਿਆਂ ਦਾ ਕਰਕੇ ਛੱਡ ਕੇ ਗਿਆ ਸੀ ਕੀ ਤੀ ਰਿਓ ਮੁੱਦੇ ਸਾਫ ਹੋ ਗਏ ਕਾਂਗਰਸੀਆਂ ਵਿੱਚੋਂ ਬਹੁਤ ਸਾਰੇ ਸੱਜਣਾ ਨੇ ਪਾਰਟੀ ਛੱਡੀ ਤੇ ਛੱਡਣ ਤੋਂ ਬਾਅਦ ਫਿਰ ਪਾਰਟੀ ਵਿੱਚ ਵਾਪਸ ਆ ਕੇ ਕਹਿੰਦੇ ਜੀ ਘਰ ਵਾਪਸੀ ਕੀਤੀ ਹੈ ਇੱਥੇ ਅਕਾਲੀਆਂ ਵਿੱਚੋਂ ਕਈਆਂ ਸੱਜਣਾ ਨੇ ਪਾਰਟੀ ਛੱਡੀ ਉਹ ਫਿਰ ਵਾਪਸ ਆਏ ਕਹਿੰਦੇ ਘਰ ਵਾਪਸੀ ਕੀਤੀ ਹੈ ਮੈਂ ਇਹਨਾਂ ਦੇ ਵਿੱਚ ਬੀਬੀ ਜਗੀਰਕੌਰ ਨੂੰ ਨਹੀਂ ਰਣਦਾ ਉਹ ਪਹਿਲੇ ਦਿਨ ਤੋਂ ਹੀ ਆਖੀ ਗਈ ਆ ਜਦੋਂ ਉਹਨੂੰ ਪੁੱਛਦੇ ਸੀ ਘਰ ਵਾਪਸੀ ਕਦੋਂ ਕਰੋਗੇ ਤੋ ਕਹਿੰਦੀ ਸੀ ਮੇਰੀ ਕਾਦੀ ਘਰ ਵਾਪਸੀ ਘਰ ਵਾਪਸੀ ਤਿਉਹ ਕਰਦੇ ਹੈ ਜਿਨ੍ਹਾਂ ਨੇ ਘਰ ਛੱਡਿਆ ਹੋਵੇ ਮੈਂ ਤਾਂ ਛੱਡਿਆ ਨਹੀਂ ਘਰ ਵਾਲਿਆਂ ਨੇ ਮੈਨੂੰ ਕੱਢਿਆ ਜਿੱਦ ਨੂੰ ਕਹਿਣਗੇ ਵਾਪਸ ਆਜੋ ਤੇ ਮੈਂ ਚਲੀ ਜਾਊਂਗੀ ਮੈਂ ਤੇ ਅਜੇ ਵੀ ਦਰਵਾਜ਼ੇ ਤੇ ਖੜੀ ਹਾਂ ਪਰ ਸੁਖਦੇਵ ਸਿੰਘ ਢੀਂਡਸੇ ਹੋ ਰਹੇ ਨੇ ਤਾਂ ਜੋ ਕੁਝ ਆਖਿਆ ਸੀ ਲੀਡਰਸ਼ਿਪ ਬਾਰੇ ਪਰ ਇਹ ਵੀ ਆਖਿਆ ਸੀ ਕਿ ਧਰਤੀ ਇਧਰੋਂ ਇਧਰ ਹਿੱਲ ਜਾਵੇ ਘੁੰਮ ਜਾਵੇ ਸਾਡੇ ਨਾਲ ਆ ਵੀ ਹੋ ਜਾਵੇ ਉਹ ਵੀ ਹੋ ਜਾਵੇ ਅਸੀਂ ਉਸ ਪਾਰਟੀ 'ਚ ਵਾਪਸ ਨਹੀਂ ਜਾਵਾਂਗੇ ਚਲੇ ਗਿਆ ਉਹ ਕਹਿੰਦੇ ਸਾਡੀ ਘਰ ਵਾਪਸੀ ਹੋਈ ਜੇ ਇਦਾਂ ਦੀ ਘਰ ਵਾਪਸੀ ਕਰਨੀ ਹੈ ਤੇ ਫਿਰ ਪਹਿਲਾਂ ਛੱਡਨ ਤੇ ਕੀ ਲੋਡਸ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਕਾਂਗਰਸ ਦਾ ਲੀਡਰ ਸੀ ਜਦੋਂ ਇੰਦਰਾ ਗਾਂਧੀ 2 3 ਪੌਣੇ 3 ਸਾਲ ਦੇ ਰਾਜ ਖੁੱਸਣ ਤੋਂ ਬਾਅਦ ਦੁਬਾਰਾ ਆਈ ਤੇ ਉਹਨੇ ਕਪੂਰੀ ਦੇ ਕੋਲ ਆ ਕੇ ਸਤਲੁਜ ਜਮਨਾ ਲਿੰਕ ਨਹਿਰ ਦਾ ਟੱਪ ਲਾਇਆ ਉਸ ਵਕਤ ਤੋਂ ਇੰਦਰਾ ਗਾਂਧੀ ਦੇ ਸਵਾਗਤ ਲਈ ਖੜਾ ਸੀ ਕਾਂਗਰਸ ਲੀਡਰਸ 2 ਸਾਲਾਂ ਬਾਅਦ ਕਾਂਗਰਸ ਪਾਰਟੀ ਨੂੰ ਛੱਡ ਕੇ ਅਕਾਲੀਆਂ ਚਲੇ ਗਿਆ ਸਰਜੀਤ ਸਿੰਘ ਬਰਨਾਲੇ ਦੀ ਸਰਕਾਰ ਵਿੱਚੋਂ ਮੰਤਰੀ ਬਣਿਆ ਉਥੋਂ ਟੋੜਾ ਸਾਹਿਬ ਬਾਦਲ ਸਾਹਿਬ ਤਲਵੰਡੀ ਸਾਹਿਬ ਕਈ ਹੋਰ ਸਾਹਿਬ ਉਹਨਾਂ ਦੇ ਨਾਲ ਰਲ ਕੇ ਅਸਤੀਫਾ ਦਿੱਤਾ ਦੂਸਰੇ ਪਾਸੇ ਤੁਰ ਪਿਆ ਫਿਰ ਉਹਨੇ ਆਪਣਾ ਇੱਕ ਵੱਖਰਾ ਅਕਾਲੀ ਦਲ ਬਣਾ ਲਿਆ ਇੱਕ ਮੋਕੇ ਸਾਰਾ ਅਕਾਲੀ ਦਲੀ ਉਹਦੀ ਜੇਬ ਚ ਪੈ ਗਿਆ 1992 ਦੀ ਚੋਣ ਚ 117 ਅਸੈਂਬਲੀ ਹਲਕਿਆਂ ਦੀਆਂ ਟਿਕਟਾਂ ਤਕੜੀ ਦਾ ਚੋਣ ਨਿਸ਼ਾਨ ਉਹਦੇ ਦਸਤਾਨ ਨਾਲ ਵੰਡਿਆ ਗਿਆ ਸੀ ਫਿਰ ਉਹ ਪਾਰ ਤੇ ਆ ਗਿਆ ਕਾਂਗਰਸ ਪਾਰਟੀ ਚ ਵਾਪਸ ਇਹਨਾਂ ਪਹਿਲਾਂ ਪੰਜਾਬ ਦਾ ਪ੍ਰਧਾਨ ਬਣਿਆ ਫਿਰ ਮੁੱਖ ਮੰਤਰੀ ਬਣਤਾ ਮੁੱਖ ਮੰਤਰੀ ਬਣਨ ਤੋਂ ਬਾਅਦ ਫਿਰ ਇੱਥੇ ਟਿਕਿਆ ਨਹੀਂ ਗਿਆ ਦੋ ਵਾਰੀ ਮੁੱਖ ਮੰਤਰੀ ਬਣਾਇਆ ਹਾਲਾਤ ਇਥੋਂ ਦੇ ਏਦਾਂ ਦੇ ਬਣ ਗਏ ਕਿ ਕਾਂਗਰਸੀਆਂ ਨੇ ਆਪਣੇ ਕਾਂਗਰਸੀ ਮੁੱਖ ਮੰਤਰੀ ਨੂੰ ਆਖਿਆ ਰੱਬ ਦਾ ਵਾਸਤਾ ਤੂੰ ਪਾਰਟੀ ਛੱਡ ਜਾ ਤੈਨੂੰ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਤੇ ਜਿਹੜੀ ਪਾਰਟੀ ਨੇ ਇੰਨਾ ਮਾਨਤਾ ਨਹੀਂ ਦਿੱਤਾ ਸੀ ਉਸ ਪਾਰਟੀ ਨੂੰ ਛੱਡ ਕੇ ਪਹਿਲਾਂ ਉਹਨੇ ਇੱਕ ਪਾਰਟੀ ਬਣਾਈ ਉਸ ਇੱਕ ਪਾਰਟੀ ਨੂੰ ਥੋੜਾ ਚਿਰ ਭਾਜਪਾ ਦੇ ਨੇੜੇ-ਨੇੜੇ ਰੱਖਿਆ ਤੇ ਅਖੀਰ ਛੜੱਪਾ ਮਾਰ ਕੇ ਭਾਜਪਾ ਚ ਚਲਾ ਗਿਆ ਇਦਾਂ ਦੇ ਕਈ ਹੋਰ ਵੀ ਨੇ ਮੈਂ ਉਹਨਾਂ ਦੀ ਵੀ ਗੱਲ ਕਰ ਸਕਦਾ ਜਿਹੜੇ ਫੈਜ਼ ਅਹਿਮਦ ਫੈਜ਼ علامه ਇਕਬਾਲ ਮਿਰਜ਼ਾ ਗਾਲिब ਮੀਰ ਤਕੀ ਮੀਰ ਸਾਰੀ ਦੁਨੀਆ ਦੇ ਪ੍ਰਸਿੱਧ ਸ਼ਾਇਰਾਂ ਦੇ ਸ਼ੇਰ ਪੜ੍ਹਦੇ ਨੇ ਔਰ ਹਮੇਸ਼ਾ ਅਸੂਲਾਂ ਦੀ ਗੱਲ ਕਰਦੇ ਨੇ ਪਰ ਪਹਿਲਾਂ ਖੱਬੇ ਪੱਖ ਤੋਂ ਤੁਰੇ ਫਿਰ ਅਕਾਲੀਆਂ ਚ ਰਹਿ ਫਿਰ ਵੱਖਰੀ ਪਾਰਟੀ ਬਣਾਈ ਫਿਰ ਕਾਂਗਰਸ ਪਾਰਟੀ ਚ ਗਏ ਤੇ ਮਗਰੋਂ ਭਾਜਪਾ ਚ ਚਲੇ ਗਏ ਜਿਹੜੇ ਲੋਕ ਇਦਾਂ ਦੇ ਆ ਜਿਹੜੇ ਕੱਪੜਿਆ ਮੰਗ ਹਰ ਸੀਜ਼ਨ ਦੇ ਵਿੱਚ ਪਾਰਟੀ ਬਦਲਣ ਨੂੰ ਤਿਆਰ ਰਹਿੰਦੇ ਆ ਤੁਸੀਂ ਇਹੋ ਜਿਹੇ ਲੀਡਰਾਂ ਤੱਕ ਹੀ ਖਟੋਗੇ ਮੈਂ ਬੇਨਤੀ ਕਰਾਂ ਕਿ ਇਹੋ ਜਿਹੇ ਲੀਡਰਾਂ ਦਾ ਕਰਕੇ ਹਾਲਾਤ ਇਸ ਤਰ੍ਹਾਂ ਦੇ ਬਣੇ ਨੇ ਕਿ ਲੋਕ ਲੀਡਰਾਂ ਤੇ ਭਰੋਸਾ ਕਰਨੋਂ ਹਟਦੇ ਜਾਂਦੇ ਕਿਸੇ ਨੂੰ ਪੁੱਛੋ ਸਾਊ ਬੰਦੇ ਨੂੰ ਤੈਨੂੰ ਟਿਕਟ ਦੇ ਦਈਏ ਤੇ ਪਾਰਟੀ ਚੋਂ ਨਾ ਹੀ ਜੋਦੇ ਮੂੰਹ ਨਿਕਲਦਾ ਤੁਸੀਂ ਮੈਨੂੰ ਇੰਨਾ ਹੀ ਮਾੜਾ ਸਮਝਦੇ ਆਂ ਲੀਡਰਾਂ ਦੇ ਬਾਰੇ ਚ ਮਾੜਾ ਪ੍ਰਭਾਵ ਕਿਉਂ ਬਣਦਾ ਜਾ ਰਿਹਾ ਇਹ ਭਰੋਸੇ ਦੇ ਕਾਬਿਲ ਕਿਉਂ ਨਹੀਂ ਰਹਿ ਗਏ ਇੰਨਾ ਚੋਣਾਂ ਦੇ ਦੌਰਾਨ ਇਹ ਵੀ ਸੋਚਣ ਦਾ ਮੌਕਾ ਤੇ ਲੀਡਰਾਂ ਕੱਲਿਆਂ ਲਈ ਨਹੀਂ ਸਾਡੇ ਲਈ ਵੀ ਸੋਚਣ ਦਾ ਮੌਕਾ ਦੂਸਰੀ ਗੱਲ ਮੈਂ ਉਹਨਾਂ ਸੱਜਣਾਂ ਬਾਰੇ ਕਰਨੀ ਆ ਜਿਹੜੇ ਸੱਜਣ ਸ਼ਰੇਆਮ ਪਤਾ ਕ腐ਸ਼ਨ ਦੇ ਪੰਡ ਨੇ ਭ੍ਰਿਸ਼ਟਾਚਾਰ ਦੇ ਪੰਡ ਨੇ ਬਦਨਾਮ ਨੇ ਜਿਹੜੇ ਪਾਰਟੀ ਨੇ ਉਹਨਾਂ ਸਜ਼ਾ ਦਵਾਈ ਉਸੇ ਪਾਰਟੀ 'ਚ ਚਲੇ ਜਾਂਦੇ ਨੇ। ਮਿਸਾਲ ਦੇ ਤੌਰ ਤੇ ਮਾਲਵੇ ਦੇ ਇੱਕ ਵੱਡੇ ਸ਼ਹਿਰ ਇੱਕ ਪ੍ਰਸਿੱਧ ਸ਼ਹਿਰ ਦੇ ਵਿੱਚ ਇੱਕ ਬੰਦਾ ਮੇਅਰ ਬਣਿਆ। ਉਹਦੇ ਖਿਲਾਫ ਮੁਕਦਮਾ ਬਣਿਆ। ਨਜਾਇਜ਼ ਕਲੋਨੀਆਂ ਕੱਟਣ ਦਾ ਮੁਕਦਮਾ ਬਣਿਆ। ਇਹਦੇ ਦੌਰਾਨ ਮੁਕਦਮਾ ਚੱਲਦਾ ਰਿਹਾ। ਉਹ ਕਾਂਗਰਸ ਪਾਰਟੀ ਵੱਲੋਂ ਐਮ.ਐਲ.ਏ ਬਣ ਗਿਆ। ਐਮ.ਐਲ.ਏ ਬਣਨ ਤੋਂ ਬਾਅਦ ਸਰਕਾਰ ਆ ਗਈ ਉਹਨਾਂ ਦੀ ਜਿਹੜੇ ਉਹਦੇ ਵਿਰੋਧੀ ਸਨ। ਉਸ ਮੁਕਦਮੇ 'ਚ ਸਾਰਾ ਕੁਝ ਦਾਤ ਤੇ ਲਾਤਾ ਗਿਆ ਤੇ ਉਹਨੂੰ ਸਜ਼ਾ ਕਰਵਾ ਦਿੱਤੀ ਗਈ ਸਜ਼ਾ ਉਹਨੂੰ ਹੋ ਗਈ ਉਹਦੇ ਪਰਿਵਾਰ ਦੇ ਕੁਝ ਜੀਆਂ ਨੂੰ ਹੋ ਗਈ ਫਿਰ ਉਹਨੇ ਜਾ ਕੇ ਸਮਝੌਤਾ ਕੀਤਾ ਸਮਝੌਤਾ ਕਰਕੇ ਗੱਲ ਇੱਥੇ ਪੁੱਗ ਗਈ ਕਿ ਉਹ ਆਪਣੀ ਪਾਰਟੀ ਤੋਂ ਵੀ ਅਸਤੀਫਾ ਦੇਵੇ ਵਿਧਾਨ ਸਭਾ ਤੋਂ ਵੀ ਅਸਤੀਫਾ ਦੇਵੇ ਅਸਤੀਫਾ ਦੇ ਕੇ ਤੇ ਫਿਰ ਆਪਣੇ ਵਿਰੋਧੀਆਂ ਦੀ ਪਾਰਟੀ 'ਚ ਜਾਵੇ ਵਿਰੋਧੀਆਂ ਦੀ ਪਾਰਟੀ 'ਚ ਨਹੀਂ ਆਵੇ ਉਹਨਾਂ ਦੀ ਪਾਰਟੀ 'ਚ ਜਾਵੇ ਜਿਨ੍ਹਾਂ ਨੇ ਉਹਨੂੰ ਸਜ਼ਾ ਕਰਾਈ ਹੈ ਜਦੋਂ ਉਸ ਪਾਰਟੀ 'ਚ ਆ ਗਿਆ ਪੁਰਾਣੀ ਆਪਣੀ ਪਾਰਟੀ ਨੂੰ ਕਾਂਗਰਸ ਪਾਰਟੀ ਨੂੰ ਅਸਤੀਫਾ ਦੇਇਆ ਬੇਦਾਵਾ ਦੇਇਆ ਛੱਡ ਆਇਆ ਉਹਨਾਂ ਨੂੰ ਇੱਧਰ ਆ ਗਿਆ ਅਸੈਂਬਲੀ ਦੀ ਸੀਟ ਵੀ ਛੱਡਤੀ ਉਹ ਬੰਦਾ 2 ਸਾਲ ਪਹਿਲਾਂ ਪੰਜੇ ਦੇ ਨਿਸ਼ਾਨ ਤੇ ਚੋਣ ਲੜ ਕੇ ਜਿੱਤਿਆ ਸੀ ਉਹ ਬੰਦਾ 2 ਸਾਲ ਬਾਅਦ ਉਸੇ ਸੀਟ ਤੋਂ ਤੱਕੜੀ ਦੇ ਚੋਣ ਨਿਸ਼ਾਨ ਤੇ ਫਿਰ ਜਿੱਤਿਆ ਜਦੋਂ ਹਾਲਾਤ ਬਦਲ ਗਏ ਉਹ ਫਿਰ ਉਸ ਪਾਰਟੀ ਨੂੰ ਛੱਡ ਗਿਆ ਆ ਇਸ ਹਫਤੇ ਉਹ ਬੰਦਾ ਫਿਰ ਅਕਾਲੀ ਦਲ ਚਲਾ ਗਿਆ ਉਹਨੂੰ ਫਿਰ ਪੁੱਛਣਾ ਪਵੇਗਾ ਐਸ ਵਾਰੀ ਕਿੰਨੇ ਦਿਨਾਂ ਵਾਸਤੇ ਉੱਥੇ ਗਿਆ ਜੇ ਜਾਂ ਕਿੰਨੇ ਮਹੀਨਿਆਂ ਵਾਸਤੇ ਉੱਥੇ ਗਿਆ ਜੇ ਜਾਂ ਇਹੋ ਹੀ ਦੱਸ ਦਿਓ ਕਿ ਕਿਹੜੀ ਨਵੀਂ ਚਾਅਕ ਦੇ ਉੱਤੇ ਉੱਥੇ ਗਿਆ ਜੇ ਪਰ ਕੋਈ ਨਹੀਂ ਪੁੱਛਦਾ ਪੁੱਛਣ ਦੀ ਲੋੜ ਵੀ ਨਹੀਂ ਇਦਾਂ ਦਾ ਇੱਕ ਹੋਵੇ ਤਾਂ ਅਸੀਂ ਗੱਲ ਕਰੀਏ ਪੰਜਾਬੀ ਦਾ ਇੱਕ ਮੁਹਾਵਰਾ ਇੱਕ ਨੂੰ ਕਿਰੋਨੀ ਉਤ ਗਿਆ ਹੀ ਆ ਵਾ ਇੱਥੇ ਇਦਾਂ ਦੇ ਬਹੁਤ ਸਨ ਲੋਕਾਂ ਨੇ ਤੀਯੋਦੋਂ ਬੜੀ ਹੈਰਾਨੀ ਪ੍ਰਗਟ ਕੀਤੀ ਸੀ ਜਦੋਂ ਪ੍ਰਤਾਪ ਸਿੰਘ ਕੈਰੋਂ ਦੇ ਬਾਅਦ ਉਹਨਾਂ ਦੀ ਧਰਮ ਪਤਨੀਆਂ ਨੇ ਅਕਾਲੀ ਦਲ ਵੱਲੋਂ ਚੋਣ ਲੜੀ ਕੈਰੋਂ ਸਾਹਿਬ ਤਾਂ ਕਾਂਗਰਸ ਦੇ ਮੁੱਖ ਮੰਤਰੀ ਸਨ ਉਹਦੇ ਵੱਲੋਂ ਚੋਣ ਲੜੀ ਚਲੋ ਹਾਰ ਗਈ ਜੋ ਵੀ ਹੋਇਆ ਉਹਨਾਂ ਦੇ ਪੁੱਤਰ ਨੇ ਵੀ ਅਕਾਲੀ ਦਲ ਵੱਲੋਂ ਚੋਣ ਲੜੀ ਫਿਰ ਉਹੋ ਹੀ ਪੁੱਤਰ ਆਜ਼ਾਦ ਵੀ ਚੋਣ ਲੜਿਆ ਤੇ ਉਹੋ ਹੀ ਪੁੱਤਰ ਕਾਂਗਰਸ ਵੱਲੋਂ ਵੀ ਚੋਣ ਲੜਿਆ ਤੇ ਜੁੱਤਿਆ ਤੇ ਉਹੇ ਪੁੱਤਰ ਵਿਧਾਨ ਸਭਾ ਚ ਵੀ ਰਿਆ ਤੇ ਫਿਰ ਉਹ ਪਾਰਲੀਮੈਂਟ ਵਿੱਚ ਵੀ ਪਹੁੰਚ ਗਿਆ ਤੇ ਬਾਅਦ ਚ ਉਹਦਾ ਪੁੱਤਰ ਅਕਾਲੀਆਂ ਵੱਲੋਂ ਵਿਧਾਨ ਸਭਾ ਦਾ ਮੈਂਬਰ ਵੀ ਬਣਿਆ ਤੇ ਮੰਤਰੀ ਵੀ ਬਣ ਗਿਆ ਇਹ ਕੀ ਤਮਾਸ਼ਾ ਹੁੰਦਾ ਪਿਆ ਮੈਂ ਕਹਿੰਦਾ ਇਹਨਾਂ ਦੀ ਗੱਲ ਨਹੀਂ ਕਰਦਾ ਬਲਕਿ ਇਹਦੇ ਨਾਲ ਮੈਂ ਦੂਸਰੀ ਗੱਲ ਵੀ ਕਰਦਾ ਮੇਰੇ ਕੋਲ ਯੂਪੀ ਦੀਆਂ ਰਿਪੋਰਟਾਂ ਵੀ ਆਈਆਂ ਸਾਡੇ ਪੰਜਾਬ ਵਿੱਚ ਵੀ ਇੱਕ ਸੱਜਣਾ जिने कांग्रेस पार्टी ਵੱਲੋਂ ਵੀ ਚੋਣਾ ਲੜੀਆਂ ਉਹਨੇ ਬਹੁਜਨ ਸਮਾਜਪਾਰਟੀ ਵੱਲੋਂ ਵੀ ਚੋਣਾ ਲੜੀਆਂ ਅਕਾਲੀ ਦਲ ਵਿੱਚ ਵੀ ਸ਼ਾਮਲ ਹੋ ਗਿਆ ਉਹ ਹਮੇਸ਼ਾ ਡਿਗਦਾਰਿੰਦਾ ਕਿ ਕਿਹੜੀ ਪਾਰਟੀ ਦਾ ਪਲੜਾ ਭਾਰੀ ਹੈ ਜਿਵਾਖਣ ਤੇ ਮੈਂ ਉਹਨਾਂ ਦੇ ਵਿੱਚ ਜਾ ਕੇ ਸ਼ਾਮਲ ਹੋਣ ਵਾਲਾ ਬਣਾ ਫਟਾਪੜ ਇਹੋ ਹੀ ਇਦਾਂ ਦੇ ਨਹੀਂਗੇ ਇਦਾਂ ਤੇ ਕਈ ਹੋਰ ਲੋਕ ਵੀ ਨੇ ਇੱਥੇ ਯੂਰਪ ਦੇ ਵਿੱਚ ਇੱਕ ਡਿਊਕ ਆਫ ਸਿਵਾਏ ਹੁੰਦਾ ਸੀ ਛੋਟਾ ਜਿਹਾ ਰਾਜ ਸਿਵਾਏ ਉਦਾਂ ਡਿਊਕਸ ਉਹਦੇ ਨਾਲ ਨਾਲ ਜੋੜ ਕੇ ਟਰਨ ਕੋਟ ਦਾ ਕਿੱਸਾ ਮਸ਼ਹੂਰ ਹੈ ਟਰਨ ਕੋਟ ਦਾ ਮਤਲਬ ਕਿ ਕੋਟ ਬਦਲ ਕੇ ਪੁੱਠਾ ਸਿੱਧਾ ਪਾਇਆ ਜਾ ਸਕੇ ਦੋਹਾਂ ਪਾਸਿਆਂ ਦੇ ਦੇਸ਼ਾਂ ਦਾ ਆਪਸ ਵਿੱਚ ਝਗੜਾ ਸੀ ਉਹ ਵਿਚਾਲੇ ਸੀ ਜੇ ਇੱਕ ਦੇਸ਼ ਵਾਲੇ ਆਉਂਦੇ ਤੇ ਉਹਨਾਂ ਦੀ ਫੌਜ ਦੀਆਂ ਵਰਦੀਆਂ ਲਾਲ ਸੀ ਉਹ ਆਪਣੇ ਸਾਰੀ ਫੌਜ ਨੂੰ ਕਹਿੰਦਾ ਸੀ ਹੁਣ ਕੋਟ ਦਾ ਉਹ ਪਾਸਾ ਬਾਹਰ ਕੱਢ ਦਿਓ ਜਿਹੜਾ ਲਾਲ ਹੈ ਜਦੋਂ ਦੂਸਰੀ ਧਿਰ ਆਉਂਦੀ ਸੀ ਫੌਜ ਲੈ ਕੇ ਉਹਨਾਂ ਦੀਆਂ ਵਰਦੀਆਂ ਚਿੱਟੀਆਂ ਸੀ ਉਹ ਕਹਿੰਦਾ ਸੀ ਕੋਟ ਉਲਟੇ ਕਰਕੇ ਪਾ ਲੋ ਅੰਦਰੋਂ ਕੋਟ ਚਿੱਟੇ ਸਨ ਉਹ ਟਰਨਕੋਰਟ ਲਫ ਜੋਤੋਂ ਚੱਲਿਆ ਸੀ ਅੱਜ ਸਾਡੀ ਭਾਰਤ ਦੀ ਸਾਡੇ ਪੰਜਾਬ ਦੀ ਰਾਜਨੀਤੀ ਚ ਇਦਾਂ ਦੇ ਕਿੰਨੇ ਕੁ ਟਰਨਕੋਰਟ ਨੇ ਇਹ ਸਾਰੇ ਕਿਉਂ ਪੜਦੇ ਜਾਂਦੇ ਜੇ ਕਦੇ ਅਸੀਂ ਭਾਰਤ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਕਦੇ ਇਸ ਗੱਲ ਦੇ ਉੱਤੇ ਉਹਨਾਂ ਨੂੰ ਸਜ਼ਾ ਦਿੱਤੀ ਹੁੰਦੀ ਜਿਹੜੇ ਛੜੱਪੇ ਮਾਰਦੇ ਆ ਤੇ ਸਾਰੀ ਪਬਲਿਕ ਨੂੰ ਬੇਵਕੂਫ ਸਮਝਦੇ ਆ ਤੇ ਇਹ ਕੰਮ ਬਾਰ-ਬਾਰ ਨਾ ਹੁੰਦਾ ਬਾਰ-ਬਾਰ ਹੁੰਦਾ ਇਸ ਕਰਕੇ ਆ ਕਿ ਸਾਡੇ ਲੋਕ ਉਹਨਾਂ ਨੂੰ ਹੀ ਆਇਆਂ ਨੂੰ ਵੋਟਾਂ ਪਾ ਦਿੰਦੇ ਆ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਕਿ ਅੱਗੇ ਇਹਨਾਂ ਨੇ ਕਿੰਨੀ ਵਾਰੀ ਲੋਕਾਂ ਦੀ ਵੋਟ ਲੈ ਕੇ ਤੇ ਧੋਖਾ ਕੀਤਾ ਹੋਇਆ ਇਦਾਂ ਦੇ ਧੋਖਿਆਂ ਤੋਂ ਬਚਣਾ ਪੈਗਾ ਸਿਆਸੀ ਪਾਰਟੀਆਂ ਗੱਠ ਜੋੜ ਕਰਦੀਆਂ ਨੇ ਗੱਠ ਜੋੜ ਕਰਕੇ ਤੋੜਦੀਆਂ ਨੇ ਤੋੜ ਕੇ ਫਿਰ ਜੋੜਦੀਆਂ ਨੇ ਉਹ ਜਦੋਂ ਗੱਠ ਜੋੜ ਕੀਤੇ ਜਾਂਦੇ ਆ ਗੱਠ ਜੋੜ ਤੋੜੇ ਜਾਂਦੇ ਆ ਮੁੜ ਕੇ ਜੋੜੇ ਜਾਂਦੇ ਆ ਤੇ ਕੁਝ ਸਵਾਲ ਉਹਨਾਂ ਨਾਲ ਜੁੜ ਜਾਂਦੇ ਆ। ਮਿਸਾਲ ਦੇ ਤੌਰ ਤੇ ਆਂਧਰਾ ਪ੍ਰਦੇਸ਼ ਦੇ ਤੇਲਗੂ ਦੇਸ਼ਮ ਪਾਰਟੀ ਵਾਲੇ ਚੰਦਰਬਾਬੂ ਨੈਡੂ ਨੇ ਭਾਰਤੀ ਜਨਤਾ ਪਾਰਟੀ ਨੂੰ ਕਮਾੜੀਆਂ ਦਿੱਤੀਆਂ ਸੀ। ਕਹਿੰਦਾ ਸੀ ਮੈਂ ਇਹਨਾਂ ਨੂੰ ਸਮਝਦਾ ਕੀ ਹਾਂ? ਮੇਰੀ ਗਣਤੀ 'ਚ ਇੱਕ ਅੱਖ ਵੀ ਨਹੀਂ ਗੇ। ਫਿਰ ਇੱਕ ਮੌਕਾ ਆਇਆ ਜਦੋਂ ਉਸੇ ਚੰਦਰਬਾਬੂ ਨੈਡੂ ਨੇ ਭਾਜਪਾ ਨਾਲ ਸਮਝੌਤਾ ਕੀਤਾ। ਨਰਿੰਦਰ ਮੋਦੀ ਸਰਕਾਰ ਵਿੱਚ ਆਪਣੇ ਤਿੰਨ ਮੰਤਰੀ ਕਲਾਏ। ਉਹਨਾਂ ਦੇ ਤਿੰਨ ਮੰਤਰੀ ਭਾਜਪਾ ਦੇ ਆਪਣੀ ਆਂਧਰਾ ਪ੍ਰਦੇਸ਼ ਦੀ ਸਰਕਾਰ ਵਿੱਚ ਲੈ ਆਖਿਆ ਕਿ ਮੇਰਾ ਭਾਜਪਾ ਨਾਲ ਸਮਝੌਤਾ ਹੋ ਗਿਆ ਉਹ ਕੇਂਦਰ ਵਿੱਚੋਂ ਫੈਸਲਾ ਕਰਕੇ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣਗੇ 4 ਸਾਲ ਰਾਜਮਾਨਿਆ ਤੇ ਭਾਜਪਾ ਨੇ ਉਹਨੂੰ ਟਿੱਚ ਜਾਣਿਆ ਜਦੋਂ ਟਿੱਚ ਜਾਣਿਆ ਫਿਰ ਛੱਡ ਕੇ ਪਾਸੇ ਆ ਗਿਆ ਆਪਣੇ ਤਿੰਨ ਮੰਤਰੀਆਂ ਦੇ ਅਸਤੀਫੇ ਦਿਵਾ ਆ ਉਹਨਾਂ ਦੇ ਤਿੰਨ ਮੰਤਰੀ ਗਵਰਨਰ ਨੂੰ ਕਹਿ ਕੇ ਕਢਵਾ ਦਿੱਤੇ ਉਹੀ ਚੰਦਰਬਾਬੂ ਨੇੜੂ ਐਸ ਹਫਤੇ ਫਿਰ ਉਸੇ ਭਾਜਪਾ ਨਾਲ ਜੁੜ ਜਾ ਜੁੜਿਆ ਉਦੋਂ ਕਹਿੰਦਾ ਸੀ ਦੁਬਾਰਾ ਅਸੀਂ ਕਦੇ ਜੁੜ ਨਹੀਂ ਸਕਾਂ ਬੀਬੀ ਜੈ ਲਲਤਾ ਕਿ ਸੇ ਵਕਤ ਭਾਜਪਾ ਦੀ ਵਿਰੋਧੀ ਹੁੰਦੀ ਸੀ ਫਿਰ ਬਾਜਪਾਈ ਸਾਹਿਬ ਉਹਦਾਂ ਦੀ ਗੱਲਬਾਤ ਹੋਈ ਬੀਬੀ ਜੈ ਲਲਤਾ ਨੇ ਆਖਿਆ ਸੀ ਭਾਜਪਾ ਦੀ ਮਦਦ ਕਰਾਂਗੇ ਸਰਕਾਰ ਬਣ ਗਈ ਤੇ ਟੁੱਟੀ ਕਿਹੜੀ ਗੱਲ ਤੋਂ ਉਹ ਕਹਿੰਦੇ ਤਿੰਨ ਸੀਟਾਂ ਨੇ ਪਾਰਲੀਮੈਂਟ ਦੇ ਵਿੱਚ ਜਾਰਜ ਫਰਨਾਂਡੇਸ ਦੀ ਪਾਰਟੀ ਦੀਆਂ ਜਾਰਜ ਫਰਨਾਂਡੇਸ ਨਤੀਸ਼ ਕੁਮਾਰ ਤੇ ਇੱਕ ਹੋਰ ਤੁਸੀਂ ਇਹਨਾਂ ਨੂੰ ਅਹੁਦੇ ਦਿੰਨੇ ਹੋ ਕੇ ਕੇਂਦਰ ਦੇ ਵਿੱਚ ਮੰਤਰੀ ਬਣਾਉਣੇ ਆ ਤੇ ਮੇਰੀ ਪਾਰਟੀ ਦੀਆਂ 18 ਸੀਟਾਂ ਨੇ ਸਾਨੂੰ ਤੁਸੀਂ ਕੀ ਦਿੱਤਾ ਇਸ ਗੱਲ ਤੋਂ ਨਾਰਾਜ਼ ਹੋ ਕੇ ਛੱਡ ਗਈ ਭਾਜਪਾ ਦੀ ਸਰਕਾਰ ਡਿੱਗ ਪਈ ਭਾਜਪਾ ਨੇ ਕਿਹਾ ਸੀ ਜਿੱਡਾ ਵੱਡਾ ਧੋਖਾ ਦਿੱਤਾ ਇਸ ਧੋਖੇ ਤੋਂ ਬਾਅਦ ਅਸੀਂ ਸਾਰੀ ਉਮਰ ਇਸ ਪਾਰਟੀ ਨਾਲ ਗੱਲ ਨਹੀਂ ਕਰਨੀ ਪਰ ਜੈ ਲਲਤਾ ਦੇ ਹੁੰਦਿਆਂ ਉਹਦੇ ਨਾਲ ਸਮਝੌਤੇ ਕੀਤੇ ਤੇ ਜੈ ਲਲ ਤੋਂ ਤੋਂ ਬਾਅਦ ਵੀ ਉਹਦੀ ਪਾਰਟੀ ਨਾਲ ਸਮਝੌਤੇ ਕੀਤੇ ਜਾ ਰਹੇ ਜਿਹੜਾ ਇਹ ਐਲੈਂਸ ਸੀ ਕਿੰਸੀ ਦੀ ਨਾਲ ਕਦੇ ਕੋਈ ਗੱਲ ਨਹੀਂ ਕਰਨੀ ਉਹ ਐਲਾਨ ਕਿੱਥੇ ਗਿਆ ਗੁਰਲੋ ਗਿਆ ਨतीश ਕੁਮਾਰ ਸਭ ਤੋਂ ਵੱਡੀ ਇਸ ਗੱਲ ਦੀ ਮਿਸਾਲ ਹੈ ਲਾਲੂ ਪ੍ਰਸਾਦ ਯਾਦਵ ਦੇ ਵਿੱਚ ਲੱਖ ਹੈਬ ਨੇ ਉਹਨੇ ਚੋਰੀਆਂ ਕਰਨ ਵੱਲੋਂ ਕਸਰ ਨਹੀਂ ਛੱਡੀ ਪਸ਼ੂਆਂ ਦੇ ਚਾਰੇ ਦੇ ਪੈਸੇ ਵੀ ਖਾ ਗਿਆ ਜੇਲ ਵੀ ਕੱਟ ਕੇ ਆ ਗਿਆ ਬੇਸ਼ਰਮਾ ਵਾਂਗ ਅਜੇ ਵੀ ਲੋਕਾਂ ਵਿੱਚ ਰਾਜਨੀਤੀ ਕਰਦਾ ਫਿਰਦਾ ਪਰ ਕਦੇ-ਕਦੇ ਉਹ ਬੜੇ ਕਮਾਲ ਦੀ ਟਿਕੋਰ ਕਰਦਾ ਉਹ ਕਹਿੰਦਾ ਅੱਗੇ ਅਸੀਂ ਰਾਮਵਿਲਾਸ ਪਾਸਵਾਨ ਨੂੰ ਕਹਿੰਦੇ ਸਨ ਕਿ ਉਹ ਭਾਰਤ ਦਾ ਸਭ ਤੋਂ ਵੱਡਾ ਮੌਸਮ ਵਿਗਿਆਨੀ ਹੈ ਉਹ ਪਹਿਲਾਂ ਅੰਦਾਜ਼ਾ ਲਾ ਲਿੰਦਾ ਕਿ ਪਾਰਟੀ ਫਲਾਣੀ ਨੇ ਜਿੱਤਣਾ ਉਹਦੇ ਨਾਲ ਰਲ ਜਾਂਦਾ ਤਾਂ ਕਿ ਕੇਂਦਰ ਦਾ ਮੰਤਰੀ ਬਣਿਆ ਰਹਾ ਅੱਜ ਕੱਲ ਇਹ ਕੰਮ ਨितीश ਕੁਮਾਰ ਕਰਦਾ ਉਸੇ ਬਿਹਾਰ ਵਿੱਚ ਜਿੱਥੋਂ ਰਾਮਵਿਲਾਸ ਪਾਸਵਾਨ ਆਇਆ ਸੀ ਉਸ ਤੋਂ ਹੀ ਨितीश ਕੁਮਾਰ ਆਇਆ ਇੱਕ ਚੋਣ ਭਾਜਪਾ ਦੇ ਖਿਲਾਫ ਲੜਦੇ ਦੂਸਰੀ ਚੋਣ ਭਾਜਪਾ ਨਾਲ ਰਲ ਕੇ ਲੜਦੇ ਤੀਸਰੀ ਫਿਰ ਖਿਲਾਫ ਤੇ ਚੌਥੀ ਭਾਜਪਾ ਨਾਲ ਲੜ ਕੇ ਜਿੱਤ ਕੇ ਫਿਰ ਭਾਜਪਾ ਦੇ ਨਾਲ ਸਿਆਸੀ ਲੜਾਈ ਲੜੀ ਡੋਡੋ ਹੋ ਗਿਆ ਦੋ ਸਾਲ ਨਹੀਂ ਕੱਡੇ ਫਿਰ ਛੱਡ ਕੇ ਉੱਥੇ ਹੀ ਆ ਗਿਆ ਇਹ ਕੀ ਤਮਾਸ਼ਾ ਬਣਾਇਆ ਪਿਆ ਕੀ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਜੜੀਆਂ ਨੇ ਉਹਨਾਂ ਨੂੰ ਬਰਦਾਸ਼ਤ ਕਰੀ ਜਾਣਗੇ ਅਸੀਂ ਕਿਹਨੇ ਬਰਦਾਸ਼ਤ ਨਹੀਂ ਕਰ ਸਕਦੇ ਪਰ ਉਹ ਗਏ ਕਹਿੰਦੇ ਆ ਫਿਰ ਕੀ ਕਰ ਲੈਣਗੇ ਬਰਦਾਸ਼ਤਾਂ ਕਰੀ ਜਾਂਦੇ ਲੋਕਾਂ ਨੇ ਤੇ ਵਿਰੋਧ ਕੋਈ ਨਹੀਂ ਕੀਤਾ ਤੁਸੀਂ ਜਿਹੜੇ ਚਾਰ ਜਣੇ ਲਿਖਣ ਵਾਲੇ ਹੋ ਤੁਸੀਂ ਜਿਹੜੇ ਚਾਰ ਜਣੇ ਬੋਲਣ ਵਾਲੇ ਹੋ ਤੁਸੀਂ ਆਪਣਾ ਜੋਰ ਲਾਉਣਾ ਤੇ ਲਈ ਜਾਓ ਇਹਨਾਂ ਗੱਲਾਂ ਦੀ ਲੋਕ ਨਹੀਂ ਪ੍ਰਵਾਹ ਕਰ ਰਹੇ ਮੈਂ ਫਿਰ ਉੱਥੇ ਆਉਣਾ ਇਹ ਜਿਹੜਾ ਲੋਕਤੰਤਰ ਹੈ ਇਹ ਲੀਡਰਾਂ ਦੇ ਸਿਰ ਤੇ ਨਹੀਂਗਾ ਇਹ ਲੋਕਤੰਤਰ ਲੋਕਾਂ ਦੇ ਸਿਰ ਤੇ ਆ ਭਾਰਤ ਦਾ ਸੰਵਿਧਾਨ ਪੜ ਕੇ ਵੇਖੋ ਉਹ ਸ਼ੁਰੂ ਇੱਥੋਂ ਦਾ हम भारत के लोग ये तुसी भारत ਦੇ ਲੋਕ ਇਸ ਭਾਰਤ ਨੂੰ ਜਿਹਦੇ ਵਿੱਚ ਪੰਜਾਬ ਵੀ ਸ਼ਾਮਲ ਹੈ ਇਹਨੂੰ ਬਚਾਉਣ ਦੀ ਜ਼ਿੰਮੇਵਾਰੀ ਤੇ ਤੁਹਾਡੀ ਆ ਪਰ ਕੀ ਕਦੇ ਤੁਸੀਂ ਸੋਚਿਆ ਕਿ ਅਸੀਂ ਜ਼ਿੰਮੇਵਾਰੀ ਕਿੰਨੀ ਕ ਨਿਭਾ ਰਹੇ ਆ ਭਾਰਤ ਦੇਸ਼ ਨੂੰ ਖਤਰਾ ਹੋਵੇ ਇਹਦੀਆਂ ਸ਼ਰਧਾ ਨੂੰ ਖਤਰਾ ਹੋਵੇ ਕਦੇ ਕੋਈ ਸਮੱਸਿਆ ਹੋਵੇ ਪੁੱਤ ਬਾਰਡਰਾਂ ਤੇ ਜਾ ਕੇ ਕਿਹਦੇ ਲੜਦੇ ਆ ਤੇ ਕਿਹਦੇ ਪੁੱਤ ਮਰਦੇ ਆ ਤੁਸੀਂ ਜਾਣਦੇ ਹੋ ਅੱਜ ਤੱਕ ਕਦੇ ਕਿਸੇ ਲੀਡਰ ਦਾ ਪੁੱਤ ਬਾਰਡਰ ਤੇ ਜਾ ਕੇ ਲੜਿਆ ਨਹੀਂ ਮਰਿਆ ਨਹੀਂ ਉਹ ਬ੍ਰਿਟੇਨ ਦੀ ਮਹਾਰਾਣੀ ਐਲਜਾਬੈਥ ਹੁੰਦੀ ਸੀ ਕੁਈਨ ਐਲਜਾਬੈਥ ਫਾਕਲੈਂਡ ਟਾਪੂਆਂ ਦੀ ਲੜਾਈ ਹੋਈ ਉਹਦਾ ਪੁੱਤਰ ਪ੍ਰਿੰਸ ਚਾਰਲਸ ਜਿਹੜਾ ਅੱਜ ਕੱਲ ਇੰਗਲੈਂਡ ਦਾ ਕਿੰਗ ਹੈ ਇਹ ਉਸ ਲੜਾਈ ਦੇ ਵਿੱਚ ਫਾਕਲੈਂਡ ਟਾਪੂਆਂ ਤੇ ਗਿਆ ਸੀ ਪਤਾ ਨਹੀਂ ਇਹਨੇ ਉੱਥੇ ਕੋ ਗੋਲੀ ਚਲਾਈ ਕਿ ਨਹੀਂ ਚਲੀ ਪਤਾ ਨਹੀਂ ਇੱਕਦੇ ਲੜਿਆ ਕਿ ਨਹੀਂ ਲੜਿਆ ਪਰ ਜਦੋਂ ਇਹ ਵੇਖਿਆ ਕਿ ਦੇਸ਼ ਦੀ ਮਹਾਰਾਣੀ ਨੇ ਆਪਣਾ ਪੁੱਤਰ ਵੀ ਪਿੱਛੇ ਨਹੀਂ ਰੱਖਿਆ ਪਾਈ ਦੇ ਵਿੱਚ ਅਗਲੇ ਮੋਰਚੇ ਤੇ ਭੇਜਤਾ। ਬਾਕੀ ਸਾਰਿਆਂ ਨੂੰ ਮਾਣ ਮਹਿਸੂਸ ਹੋਇਆ ਸੀ। ਅਫਗਾਨਿਸਤਾਨ ਦੀ ਲੜਾਈ ਗਲਤ ਸੀ ਠੀਕ ਸੀ ਇੱਕ ਵੱਖਰਾ ਮੁੱਦਾ। ਪਰ ਜਦੋਂ ਲੜਨ ਵਾਸਤੇ ਗਏ ਉਸੇ ਕਵੀਨ ਦੇ ਦੋਵੇਂ ਪੁੱਤਰੇ ਉਹਦੇ ਪੁੱਤਰ ਪ੍ਰਿੰਸ ਚਾਰਲਸ ਜਿਹੜਾ ਅੱਜਕੱਲ ਕਿੰਗ ਹੈ ਉਹਦੇ ਦੋਵੇਂ ਪੁੱਤਰ ਉਸ ਲੜਾਈ ਦੇ ਵਿੱਚ ਜੰਗ ਵਿੱਚ ਸਭ ਤੋਂ ਮੋਰੀ ਸਨ। ਔਰ ਸਾਰੇ ਲੋਕ ਕਹਿੰਦੇ ਸੀ ਵੇਖੋ ਰਾਜਕਰਾਨ ਨੇ ਆਪਣੇ ਪੁੱਤਰ ਪਿੱਛੇ ਨਹੀਂ ਰੱਖੇ। ਆ ਜਿਹੜੇ ਲੋਕਤੰਤਰ ਦੇ ਰਾਜੇ ਆ ਇੰਨਾ ਚੁ ਕਦੇ ਕਿਸੇ ਦਾ ਪੁੱਤਰ ਉੱਥੇ ਨਹੀਂ ਜਾਂਦਾ ਹਾਂ ਆਮ ਘਰਾਂ ਦੇ ਪੁੱਤਰ ਉੱਥੇ ਜਾਣ ਉਹ ਲੜਦੇ ਸ਼ਹੀਦ ਹੋ ਜਾਂਣ ਉਹਨਾਂ ਦੇ ਘਰਦਿਆਂ ਨੂੰ ਚੁੱਕ ਕੇ ਆਪਣੇ ਨਾਲ ਜੋੜ ਕੇ ਆਖਣਾ ਕਿ ਸ਼ਹੀਦਾਂ ਨੂੰ ਅਸੀਂ ਰਤਬਾ ਦਿੱਤਾ ਜਾਂ ਉੱਥੇ ਲੜ ਕੇ ਆਏ ਕੋਈ ਫੌਜੀ ਜਰਨੈਲ ਜਿਹੜੇ ਕਦੇ ਉਸ ਪਾਰਟੀ ਨਾਲ ਨਹੀਂ ਰਹੇ ਉਹਨਾਂ ਨੂੰ ਜੋੜ ਕੇ ਆਖਿਆ ਜਾਵੇ ਕਿ ਇੰਨੇ ਯੋਧੇ ਸਾਬਕਾ ਫੌਜੀ ਜਰਨੈਲ ਸਾਡੇ ਨਾਲ ਨੇ ਉਹਨਾਂ ਦਾ ਲਾਭ ਤਾਂ ਲੈਣ ਨੂੰ ਤਿਆਰ ਨੇ ਪਰ ਕਦੇ ਕਿਸੇ ਇੱਕ ਵੀ ਲੀਡਰ ਨੇ ਆਪਣਾ ਪੁੱਤਰ ਫੌਜ ਚ ਭੇਜਿਆ ਕਦੇ ਨਹੀਂ ਭੇਜਿਆ ਇਹ ਤਾਂ ਆਪਣੇ ਪੁੱਤਰਾਂ ਨੂੰ ਜੰਮਦੇ ਸਾਰੀ ਪਹਿਲਾਂ ਕੁਰਸੀ ਤੇ ਅੱਖ ਟਿਕਾਉਣੀ ਸਿਖਾਉਂਦੇ ਆ ਤੇ ਜੇ ਆਪਣੇ ਪੁੱਤਰਾਂ ਨੂੰ ਆਪਣੀਆਂ ਧੀਆਂ ਨੂੰ ਕੁਰਸੀ ਤੇ ਅੱਖ ਟਿਕਾਉਣੀ ਸਿਖਾਉਂਦੇ ਆ ਉਹਨਾਂ ਤੇ ਜੋ ਕਰਨਾ ਸੋ ਕਰਨਾ ਸਵਾਲ ਇਹ ਪੈਦਾ ਹੁੰਦਾ ਕਿ ਜਿਹੜੇ ਸੰਵਿਧਾਨ 'ਚ ਲਿਖਿਆ ਲੋਕਤੰਤਰ ਵਾਸਤੇ ਕਿ ਹਮ ਭਾਰਤ ਕੇ ਲੋਕ ਤੁਸੀਂ ਜਿਹੜੇ ਭਾਰਤ ਕੇ ਲੋਕ ਹੋ ਤੁਸੀਂ ਇਸ ਗੱਲ ਨੂੰ ਕਿਉਂ ਨਹੀਂ ਸਮਝਦੇ ਇਦਾਂ ਦੇ ਕੱਪੜੇ ਬਾਜ਼ੀਆ ਇਦਾਂ ਦੀ ਡਰਾਮੇ ਬਾਜ਼ੀਆਂ ਕਰਨ ਵਾਲਾ ਨੂੰ ਵੋਟ ਮੋੜ-ਮੁੜ ਕੇ ਪਾਉਨੇ ਹੋ ਐਸ ਲੋਕ ਸਭਾ ਚੋਣ ਮੌਕੇ ਇੱਕ ਵਾਰੀ ਸੋਚਿਓ ਜਰੂਰ ਸਿਰਫ ਇੱਕ ਵਾਰੀ ਜਰੂਰ ਸੋਚਿਓ ਇੰਨੀਆਂ ਗੱਲਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੇਖਦੇ ਰਹੋ ਟੀਵੀ ਪ੍ਰਾਈਮ ਅਸ਼ੀਆ ਤੁਹਾਡਾ ਆਪਣਾ ਤੁਹਾਡੇ ਲਈ